ਹਾਂਜੀ, ਮੈਂ ਹਰ ਪੰਜਾਬੀ ਚੈਨਲ ਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਹੋਇਆ ਅੱਜ ਅਸੀਂ ਕਰਾਂਗੇ ਬਾਗੀ ਦੀ ਧੀ ਕਹਾਣੀ। ਬਾਗੀ ਦੀ ਧੀ ਕਹਾਣੀ ਦਾ ਲੇਖਕ ਗੁਰਮੁਖ ਸਿੰਘ ਮੁਸਾਫਰ ਹੈ ਤੇ ਬਾਗੀ ਦੀ ਧੀ ਕਹਾਣੀ BA ਫਸਟ ਈਅਰ BCOM BSc ਕਲਾਸਾਂ ਦੇ ਵਿੱਚ ਲੱਗੀ ਹੋਈ ਜਨਰਲ ਪੰਜਾਬੀ ਦੇ ਵਿੱਚ ਕਹਾਣੀ 20 ਨੰਬਰ ਦੇ ਅਨੁਸਾਰ ਅਸੀਂ ਐਗਜ਼ਾਮ ਦੇ ਵਿੱਚ ਇਸ ਨੂੰ ਹੱਲ ਕਰਨਾ। ਤੇ ਸਭ ਤੋਂ ਪਹਿਲਾਂ ਅਸੀਂ ਟਾਈਟਲ ਤੇ ਗੱਲ ਕਰਾਂਗੇ, ਬਾਗੀ ਦੀ ਧੀ ਦਾ ਟਾਈਟਲ ਜਾਂ ਵਿਸ਼ਾ ਕਿਸ ਤਰ੍ਹਾਂ ਦਾ ਹੈ। ਤਾਂ ਇਸ ਕਹਾਣੀ ਦੇ ਵਿੱਚ ਮੁੱਖ ਪਾਤਰ ਦੋ ਹਨ, ਇੱਕ ਤਾਂ ਕਿਸ਼ਨ ਸਿੰਘ ਜਿਹੜਾ ਕਿ ਜਿਸ ਨੂੰ ਬਾਗੀ ਕਿਹਾ ਗਿਆ, ਇਹਦੇ ਵਿੱਚ ਬਾਗੀ ਕੌਣ ਕਹਿੰਦਾ ਹੈ ਮੈਂ ਅੱਗੇ ਜਾ ਕੇ ਦੱਸਾਂਗੀ, ਤੇ ਧੀ ਕੌਣ, ਧੀ ਇਸ ਦੀ ਮੁੱਖ ਪਾਤਰ ਲਾਜ ਹੈ। ਤੇ ਇਸ ਕਹਾਣੀ ਵਿੱਚ ਲਾਜ ਨੂੰ ਬਾਗੀ ਦੀ ਧੀ ਕਿਹਾ ਗਿਆ ਹੈ ਕਿਉਂਕਿ ਲਾਜ ਦੇ ਬਾਰੇ ਵਿੱਚ ਜੋ ਆਮ ਲੋਕਾਂ ਦੇ ਵਿੱਚ ਇਹੀ ਵਿਚਾਰ ਸੀ ਕਿ ਉਸਦਾ ਪਿਤਾ ਜਿਹੜਾ ਹੈ ਉਹ ਦੇਸ਼ ਭਗਤੀ 'ਚ ਰੰਗਿਆ ਹੋਇਆ ਅੰਗਰੇਜ਼ਾਂ ਦੇ ਖਿਲਾਫ ਹੈ ਤੇ ਅੰਗਰੇਜ਼ ਸਰਕਾਰ ਦਾ ਕੋਈ ਨਿਯਮ ਨਹੀਂ ਬਣਦਾ, ਜਿਸ ਕਰਕੇ ਉਹ ਬਾਗੀ ਹੈ। ਤਾਂ ਇਸ ਕਰਕੇ ਉਸਨੂੰ ਧੀ ਨੂੰ ਬਾਗੀ ਦੀ ਧੀ ਕਿਹਾ ਗਿਆ। ਤੇ ਗੁਰਮੁਖ ਸਿੰਘ ਮੁਸਾਫਰ ਖੁਦ ਵੀ ਦੇਸ਼ ਭਗਤੀ ਦੇ ਰੰਗ 'ਚ ਰੰਗੇ ਹੋਏ ਆਜ਼ਾਦੀ ਸੰਗਰਾਮੀਆਂ ਸਨ, ਇਸ ਕਰਕੇ ਉਹਨਾਂ ਦੀ ਇਸ ਕਹਾਣੀ ਦੇ ਵਿੱਚ ਵੀ ਆਜ਼ਾਦੀ ਸੰਗਰਾਮ ਦਾ ਅਨੁਭਵ ਜਿਹੜਾ ਉਹਨਾਂ ਦਾ ਉਹ ਪੇਸ਼ ਹੋਇਆ ਹੈ। ਔਰ ਕਹਾਣੀਕਾਰ ਨੇ ਦੇਸ਼ ਭਗਤ ਲੋਕਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਪ੍ਰਗਟਾਵਾ ਬੜੇ ਹੀ ਯਥਾਰਥਕ ਢੰਗ ਨਾਲ ਦਿੱਤਾ ਹੈ। ਇਸ ਕਹਾਣੀ ਦਾ ਮੁੱਖ ਪਾਤਰ ਕਿਸ਼ਨ ਸਿੰਘ ਤੇ ਉਸਦੀ ਪਤਨੀ ਸ਼ਰਨ ਕੌਰ ਦੋਵੇਂ ਆਜ਼ਾਦੀ ਘੁਲਾਟੀਏ ਹਨ। ਉਹ ਆਪਣੀ ਧੀ ਲਾਜ ਨੂੰ ਬਿਮਾਰੀ ਦੀ ਹਾਲਤ ਵਿੱਚ ਉਸਦੀ ਭੂਆ ਵੀਰਾਂ ਵਾਲੀ ਕੋਲ ਛੱਡ ਕੇ ਆਪ ਗ੍ਰਿਫਤਾਰੀਆਂ ਦਿੰਦੇ ਹਨ। ਹੁਣ ਉਹ ਗ੍ਰਿਫਤਾਰੀਆਂ ਕਿਉਂ ਦਿੰਦੇ ਆ ਵਿਦਿਆਰਥੀ ਸਮਝ ਗਏ ਹੋਣਗੇ, ਕਿਉਂਕਿ ਉਹ ਦੇਸ਼ ਭਗਤੀ ਦੇ ਰੰਗ 'ਚ ਰੰਗੇ ਸੀ ਤੇ ਅੰਗਰੇਜ਼ ਸਰਕਾਰ ਉਹਨਾਂ ਦੀਆਂ ਇਹਨਾਂ ਸਾਰੀਆਂ ਗਤੀਵਿਧੀਆਂ ਤੇ ਨਜ਼ਰ ਰੱਖਦੀ ਸੀ। ਤੇ ਜਦੋਂ ਵੀ ਉਹਨੂੰ ਲੱਗਿਆ ਕਿ ਇਹ ਅੰਗਰੇਜ਼ ਸਰਕਾਰ ਦੇ ਖਿਲਾਫ ਕੁਝ ਬੋਲਦੇ ਆ ਜਾਂ ਬਿਆਨ ਦਿੰਦੇ ਹਨ ਤਾਂ ਉਹ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤੇ ਗ੍ਰਿਫਤਾਰ ਕਰਨ ਵਾਸਤੇ ਉਹਨਾਂ ਦੇ ਘਰ ਤੱਕ ਪਹੁੰਚਦੀ ਹੈ। ਤੇ ਜਦੋਂ ਉਹ ਘਰ ਆਉਂਦੇ ਹਨ ਉਸ ਵੇਲੇ ਕਿਸ਼ਨ ਸਿੰਘ ਦੀ ਧੀ ਲਾਜ ਬਿਮਾਰੀ ਦੀ ਹਾਲਤ ਵਿੱਚ ਬੁਖਾਰ ਦੇ ਵਿੱਚ ਹੂੰਗ ਰਹੀ ਹੈ ਤੇ ਉਹਨੂੰ ਉਹਦੀ ਭੂਆ ਵੀਰਾਂ ਵਾਲੀ ਉਹਦੀ ਸੇਵਾ ਕਰ ਰਹੀ ਹੈ ਤੇ ਕਿਸ਼ਨ ਸਿੰਘ ਚਿੰਤਾ ਦੇ ਵਿੱਚ ਵੀ ਹੈ ਕਿ ਉਹ ਆਪਣੀ ਧੀ ਨੂੰ ਛੱਡ ਕੇ ਜਾ ਰਿਹਾ ਹੈ ਜੇਲ੍ਹ ਵਿੱਚ ਤੇ ਉਸਨੂੰ ਆਪਣੀ ਭੈਣ ਵੀਰਾਂ ਵਾਲੀ ਨੂੰ ਜ਼ਿੰਮੇਵਾਰੀ ਦੇ ਕੇ ਉਹ ਜਾਂਦਾ ਹੈ। ਤਾਂ ਇਹ ਕਹਾਣੀ 'ਚ ਪਹਿਲਾ ਵਿਸ਼ਾ ਇਹੀ ਹੈ ਕਿ ਦੇਸ਼ ਭਗਤ ਲੋਕਾਂ ਦੀਆਂ ਸਮੱਸਿਆਵਾਂ ਕਿਸ ਤਰ੍ਹਾਂ ਦੀਆਂ ਨੇ ਕਿ ਨਿੱਜੀ ਜੀਵਨ ਨੂੰ ਉਹ ਆਪਣੀਆਂ ਨੂੰ ਛੱਡ ਕੇ ਮੁਸ਼ਕਲਾਂ ਨੂੰ ਇੱਕ ਪਾਸੇ ਤੇ ਉਹਨਾਂ ਨੂੰ ਜਾਣਾ ਪੈਂਦਾ, ਆਜ਼ਾਦੀ ਦੇ ਇਸ ਰਸਤੇ ਤੇ ਤੁਰਨਾ ਪੈਂਦਾ ਹੈ। ਆਪਣੇ ਇਸ ਫੈਸਲਾ ਉਹਨਾਂ ਨੇ ਖੁਦ ਵੀ ਲਿਆ ਹੁੰਦਾ ਇਹਦੇ 'ਚ। ਤਾਂ ਇਸ ਕਹਾਣੀ ਦਾ ਜਿਹੜਾ ਇਹ ਵਿਸ਼ਾ ਹੈ, ਜਦੋਂ ਲਾਜ ਬਿਮਾਰ ਹੈ ਤੇ ਉਸਦੀ ਭੂਆ ਵੀਰਾਂ ਵਾਲੀ ਉਸਦੀ ਸੇਵਾ ਕਰ ਰਹੀ ਹੈ ਤੇ ਉਸਦੀ ਮਾਂ ਸ਼ਰਨ ਕੌਰ ਕਿਸੇ ਰੈਲੀ ਦੇ ਵਿੱਚ ਗਈ ਹੋਈ ਹੈ, ਤਾਂ ਉਸ ਵੇਲੇ ਉਹਦਾ ਪਿਤਾ ਜਿਹੜਾ ਕਿਸ਼ਨ ਸਿੰਘ ਹੈ ਉਹ ਆਪਣੀ ਧੀ ਨੂੰ ਲਾਜ ਨੂੰ ਇਸ ਤਰ੍ਹਾਂ ਬਿਮਾਰੀ ਦੀ ਹਾਲਤ ਵਿੱਚ ਛੱਡ ਕੇ ਹੀ ਚਲਾ ਜਾਂਦਾ ਹੈ ਤੇ ਉਸ ਤੇ ਜਾਣ ਤੋਂ ਬਾਅਦ ਜਿਹੜੀ ਲਾਜ ਆ ਉਹ ਆਪਣੀ ਭੂਆ ਦੇ ਕੋਲ ਰਹਿਣ ਦੀ ਮਜਬੂਰ ਹੋ ਜਾਂਦੀ ਹੈ ਕਿਉਂਕਿ ਉਸਦੀ ਮਾਂ ਸ਼ਰਨ ਕੌਰ ਨੂੰ ਵੀ ਪੁਲਿਸ ਗ੍ਰਿਫਤਾਰ ਕਰਕੇ ਲੈ ਜਾਂਦੀ। ਹੋਰ ਬਹੁਤ ਸਾਰੇ ਛੋਟੇ ਛੋਟੇ ਵੇਰਵੇ ਕਹਾਣੀ 'ਚ ਨੇ ਜਿਹੜੇ ਤੁਹਾਨੂੰ ਪੜ੍ਹਨੇ ਚਾਹੀਦੇ ਨੇ, ਮੈਂ ਕੇਵਲ ਸੰਖੇਪ ਜਾਣ ਪਛਾਣ ਕਰਾ ਰਹੀ ਹਾਂ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਔਰਤ ਦੀਆਂ ਮਜਬੂਰੀਆਂ ਦਾ ਵੀ ਪਤਾ ਚੱਲਿਆ ਸਾਨੂੰ ਇਹਦੇ 'ਚ, ਕਿਉਂਕਿ ਕਹਾਣੀਕਾਰ ਦੱਸਦਾ ਕਿ ਲਾਜ ਦੀ ਭੂਆ ਜਿਹੜੀ ਵੀਰਾਂ ਵਾਲੀ ਹੈ ਉਹ ਉਸਨੂੰ ਰੱਖ ਤਾਂ ਲੈਂਦੀ ਹੈ ਪਰ ਜਦੋਂ ਉਸਦਾ ਪਤੀ ਹੁਸ਼ਨਾਕ ਸਿੰਘ ਜਿਹੜਾ ਅੰਗਰੇਜ਼ ਸਰਕਾਰ ਦੀ ਫੌਜ ਵਿੱਚ ਫੌਜੀ ਸੀ ਉਹ ਨਹੀਂ ਚਾਹੁੰਦਾ ਸੀ ਕਿ ਲਾਜ ਉਹਨਾਂ ਦੇ ਘਰ ਰਹੇ ਕਿਉਂਕਿ ਉਹ ਸਮਝਦਾ ਹੈ ਕਿ ਲਾਜ ਦੇਸ਼ ਭਗਤ ਅਤੇ ਆਜ਼ਾਦੀ ਸੰਗਰਾਮੀ ਹੈ, ਮਾਤਾ ਪਿਤਾ ਦੀ ਧੀ ਹੈ, ਉਹ ਉਸਨੂੰ ਬਾਗੀ ਦੀ ਧੀ ਕਹਿ ਕੇ ਸੰਬੋਧਨ ਕਰਦਾ ਹੈ। ਤੇ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਜੇ ਉਹਨੂੰ ਆਪਣੇ ਘਰ 'ਚ ਰੱਖਣਗੇ ਤੇ ਉਸਦੀ ਨੌਕਰੀ ਜਾਂਦੀ ਚਲੀ ਜਾਏਗੀ ਕਿਉਂਕਿ ਸਾਰੇ ਸਮਝਣਗੇ
ਕਿ ਉਹ ਅੰਗਰੇਜ਼ਾਂ ਦਾ ਫੌਜੀ ਹੈ ਤੇ ਉਸਦੇ ਘਰ ਵਿੱਚ ਇੱਕ ਦੇਸ਼ ਭਗਤ ਦੀ ਧੀ ਰਹਿ ਰਹੀ ਹੈ, ਇਸ ਕਰਕੇ ਉਸਦੀ ਨੌਕਰੀ ਨੂੰ ਖਤਰਾ ਆ। ਉਹ ਰਿਸ਼ਤੇ ਨਾਤੇ ਭੁੱਲ ਕੇ ਕੇਵਲ ਆਪਣੀ ਨੌਕਰੀ ਤੇ ਪੈਸੇ ਨੂੰ ਪਹਿਲ ਦਿੰਦਾ ਹੈ ਤੇ ਆਪਣੀ ਪਤਨੀ ਵੀਰਾਂ ਵਾਲੀ ਨੂੰ ਕਹਿੰਦਾ ਆ ਕਿ ਉਹ ਉਸ ਨੂੰ ਲਾਜ ਨੂੰ ਛੱਡ ਦੇਵੇ, ਜੇ ਜਾਂ ਤੇ ਲਾਜ ਨੂੰ ਛੱਡ ਦੇਵੇ ਜਾਂ ਹੁਸ਼ਨਾਕ ਸੇ ਕਹਿੰਦਾ ਕਿ ਉਸ ਨੂੰ ਛੱਡ ਦੇਵੇ। ਤਾਂ ਵੀਰਾਂ ਵਾਲੀ ਮਜਬੂਰ ਹੋ ਕੇ ਲਾਜ ਨੂੰ ਲਵਾਰਸ ਛੱਡ ਕੇ ਆਪਣੇ ਪਤੀ ਨਾਲ ਚਲੀ ਜਾਂਦੀ ਹੈ। ਕਹਾਣੀ ਇਹ ਘਟਨਾ ਬੜੀ ਅਣਯਥਾਰਥਕ ਲੱਗਦੀ ਆ ਕਿ ਬੱਚੀ ਬਾਹਰ ਦਰਵਾਜ਼ੇ ਦੇ ਕੋਲ ਖੇਡ ਰਹੀ ਆ ਤੇ ਉਸਦੀ ਭੂਆ ਤੇ ਫੁੱਫੜ ਧਾਗੇ ਤੇ ਚੜ ਕੇ ਚਲੇ ਜਾਂਦੇ ਆ। ਇਹ ਮੰਨਣ ਵਿੱਚ ਨਹੀਂ ਆਉਂਦੀ, ਪਰ ਕਹਾਣੀਕਾਰ ਦੱਸਦਾ ਕਿ ਔਰਤ ਦੀ ਮਜਬੂਰੀ ਆ ਕਿ ਉਸ ਲੜਕੀ ਨੂੰ ਇਸ ਤਰ੍ਹਾਂ ਛੱਡ ਕੇ ਚਲੀ ਗਈ, ਤੇ ਔਰਤ ਦੀ ਮਜਬੂਰੀ ਆ ਕਿਉਂਕਿ ਸੁਤੰਤਰ ਫੈਸਲਾ ਨਹੀਂ ਲੈ ਸਕੀ ਤੇ ਆਪਣੇ ਪਤੀ ਦੇ ਅਨੁਸਾਰ ਉਹ ਢਲ ਜਾਂਦੀ ਆ ਤੇ ਉਸ ਨੂੰ ਇਸ ਤਰ੍ਹਾਂ ਦਾ ਕਰਨਾ ਪੈਂਦਾ ਹੈ। ਹੁਣ ਅਗਲਾ ਵਿਸ਼ਾ ਕਹਾਣੀਕਾਰ ਕਿਹੜਾ ਲੈ ਰਿਹਾ ਕਿ ਦੇਸ਼ ਭਗਤਾਂ ਲਈ ਸਾਡੇ ਮਨ ਵਿੱਚ ਸ਼ਰਧਾ ਅਤੇ ਸਤਿਕਾਰ ਦੇ ਭਾਵ ਹਨ, ਮਤਲਬ ਇਹ ਕਹਾਣੀ ਪ੍ਰਗਟਾਉਂਦੀ ਆ। ਲਾਜ ਦੀ ਮਾਂ ਸ਼ਰਨ ਕੌਰ ਜਦੋਂ ਜੇਲ੍ਹ ਤੋਂ ਰਿਹਾ ਹੋ ਕੇ ਆਪਣੀ ਧੀ ਨੂੰ ਮਿਲਣ ਜਾਂਦੀ ਹੈ ਤੇ ਹਸਪਤਾਲ ਦੀ ਸੇਵਾਦਾਰਨੀ ਲਾਜ ਨੂੰ ਬਾਗੀ ਦੀ ਧੀ ਕਹਿ ਕੇ ਸੰਬੋਧਨ ਕਰਦੀ ਹੈ ਤੇ ਸ਼ਰਨ ਕੌਰ ਦੇ ਪਹੁੰਚਣ ਤੱਕ ਲਾਜ ਦੀ ਮੌਤ ਹੋ ਜਾਂਦੀ ਹੈ। ਕਹਾਣੀਕਾਰ ਹੁਣ ਇੱਥੇ ਵੀ ਦੱਸਦਾ ਕਿ ਕਿਸ਼ਨ ਸਿੰਘ ਨੇ ਜਦੋਂ ਆਪਣੀ ਧੀ ਨੂੰ ਛੱਡਿਆ ਸੀ ਉੱਥੇ ਆਪਣੀ ਭੈਣ ਕੋਲ ਤੇ ਉਸਨੇ ਇਸੇ ਉਮੀਦ ਨਾਲ ਛੱਡਿਆ ਸੀ ਵੀ ਜੇਕਰ ਉਹ ਦੋਨੇ ਪਤੀ ਪਤਨੀ ਜੇਲ੍ਹ ਵਿੱਚ ਹੋਣਗੇ ਤੇ ਉਹ ਕੋਈ ਸੁਰੱਖਿਅਤ ਹੱਥਾਂ ਦੇ ਵਿੱਚ ਰਹੇਗੀ, ਪਰ ਕਿਉਂਕਿ ਵੀਰਾਂ ਵਾਲੀ ਦਾ ਪਤੀ ਜਿਹੜਾ ਆ ਉਹ ਉਸ ਧੀ ਨੂੰ ਰੱਖਣ ਤੋਂ ਨਾ ਕਰ ਦਿੰਦਾ ਹੈ, ਜਿਸ ਕਰਕੇ ਹੌਲੀ ਹੌਲੀ ਜਿਹੜੀ ਕਹਾਣੀ ਦੇ ਵਿੱਚ ਸ਼ਰਨ ਕੌਰ ਜਦੋਂ ਵਿਹਲੀ ਹੁੰਦੀ ਹੈ ਆਪਣੇ ਜੇਲ੍ਹ ਤੋਂ ਰਿਹਾਅ ਹੁੰਦੀ ਹੈ ਤੇ ਜਦੋਂ ਉਹ ਲਾਜ ਨੂੰ ਮਿਲਣ ਜਾਂਦੀ ਹੈ ਤੇ ਉਹ ਦੇਖਦੀ ਹੈ ਕਿ ਸੇਵਾਦਾਰਨੀ ਉਸਨੂੰ ਬਾਗੀ ਦੀ ਧੀ ਕਹਿੰਦੀ ਹੈ। ਅੱਛਾ, ਕਹਿੰਦੀ ਅੱਛਾ ਉਹ ਬਾਗੀ ਦੀ ਧੀ ਜਿਹੜੀ ਇੱਥੇ ਦਾਖਲ ਹੈ ਹਸਪਤਾਲ, ਤੁਸੀਂ ਉਹਨੂੰ ਮਿਲਣ ਆਏ ਹੋ। ਤਾਂ ਇੱਥੋਂ ਉਸਨੂੰ ਥੋੜਾ ਜਿਹਾ ਮਨ 'ਚ ਅਫਸੋਸ ਵੀ ਲੱਗਦਾ ਹੈ ਕਿ ਉਹ ਤਾਂ ਦੇਸ਼ ਵਾਸਤੇ ਲੜਾਈ ਕਰ ਰਹੇ ਆ ਤੇ ਲੋਕ ਉਸਨਾਂ ਨੂੰ ਬਾਗੀ ਕਹਿ ਰਹੇ। ਲੇਖ ਨੇ ਦੇਸ਼ ਭਗਤਾਂ ਦੇ ਰਿਸ਼ਤੇਦਾਰਾਂ ਦੇ ਸਵਾਰਥੀ ਵਿਹਾਰ ਦਾ ਪ੍ਰਗਟਾਵਾ ਕੀਤਾ ਹੈ। ਵੀਰਾਂ ਵਾਲੀ ਆਪਣੇ ਭਰਾ ਦੀ ਮੌਤ ਦੀ ਖਬਰ ਸੁਣ ਕੇ ਉਹਨੂੰ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੀ ਉਹਦੀ ਮੌਤ ਦਾ ਤੇ ਗੁਨਾਹ ਦੇ ਅਹਿਸਾਸ ਨਾਲ ਮਰ ਜਾਂਦੀ। ਇਸ ਤਰ੍ਹਾਂ ਕਹਾਣੀਕਾਰ ਨੇ ਇਹਦੇ ਵਿੱਚ ਕਹਾਣੀ 'ਚ ਰਿਸ਼ਤਿਆਂ ਦੀ ਸਾਰੀ ਉਹ ਦੱਸੀ ਸਮੱਸਿਆ ਕਿ ਕਿਸ ਤਰ੍ਹਾਂ ਸਾਡੇ ਜਿਹੜੇ ਰਿਸ਼ਤਿਆਂ ਦੇ ਵਿੱਚ ਵੀ ਕਈ ਵਾਰ ਸਵਾਰਥ ਆ ਕੇ ਕਿਸ ਤਰ੍ਹਾਂ ਜਿਹੜਾ ਮੁੱਖ ਪਾਤਰ ਹੈ ਜਾਂ ਲੋਕ ਨੇ ਇੱਕ ਦੂਜੇ ਤੋਂ ਰਿਸ਼ਤਿਆਂ ਦੇ ਕਰਕੇ ਦੂਰ ਹੋ ਜਾਂਦੇ ਆ। ਇਸ ਤਰ੍ਹਾਂ ਕਹਾਣੀਕਾਰ ਨੇ ਇਸ ਕਹਾਣੀ 'ਚ ਜਦੋਂ ਉਹ ਲਾਜ ਦੀ ਮਾਂ ਜਾਂਦੀ ਹੈ ਤੇ ਉਸਨੂੰ ਜੋ ਸੀਨ ਵੇਖਦੀ ਹੈ ਉਸ ਤੋਂ ਸਾਡੇ ਮਨ ਵਿੱਚ ਸ਼ਰਧਾ ਤੇ ਸਤਿਕਾਰ ਦਾ ਭਾਵ ਜਿਹੜਾ ਪੈਦਾ ਹੁੰਦਾ ਆ, ਤੇ ਕਹਾਣੀਕਾਰ ਨੇ ਅੰਤ 'ਚ ਇੱਥੇ ਇਸ ਕਹਾਣੀ ਨੂੰ ਖਤਮ ਕਰ ਦਿੱਤਾ ਕਿ ਉਹ ਵੀਰਾਂ ਵਾਲੀ ਦੀ ਵੀ ਮਰ ਗਈ, ਲਾਜ ਦੀ ਵੀ ਮੌਤ ਹੋ ਜਾਂਦੀ ਹੈ ਤੇ ਜਿਹੜੀ ਸ਼ਰਨ ਕੌਰ ਆ ਉਹ ਜਦੋਂ ਵੇਖਣ ਜਾਂਦੀ ਹੈ ਤੇ ਉਸਨੂੰ ਵੀ ਬਹੁਤ ਝਟਕਾ ਬਹੁਤ ਜ਼ਿਆਦਾ ਦੁੱਖ ਲੱਗਦਾ ਹੈ। ਤੇ ਅਸਲ ਵਿੱਚ ਕਹਾਣੀਕਾਰ ਨੇ ਇਸ ਕਹਾਣੀ ਵਿੱਚ ਨਿੱਜੀ ਸ਼ਰਧਾ ਪ੍ਰਗਟ ਕੀਤੀ ਹੈ ਦੇਸ਼ ਭਗਤਾਂ ਵਾਸਤੇ ਤੇ ਨਾਲ ਹੀ ਉਹਨਾਂ ਨੇ ਦੇਸ਼ ਭਗਤਾਂ ਦੇ ਬੱਚਿਆਂ ਦੇ ਉੱਪਰ ਕਿੰਨੀ ਮੁਸ਼ਕਲ ਆਉਂਦੀ ਹੈ ਉਸ ਦਾ ਪ੍ਰਗਟਾਵਾ ਵੀ ਇਸ ਕਹਾਣੀ ਵਿੱਚ ਕੀਤਾ ਹੈ। ਤੇ ਇਸ ਕਹਾਣੀ ਦੇ ਜੇਕਰ ਅਸੀਂ ਪਾਤਰਾਂ ਦੀ ਗੱਲ ਕਰੀਏ ਤੇ ਜਿਹੜੇ ਮੁੱਖ ਪਾਤਰ ਕਿਸ਼ਨ ਸਿੰਘ ਬੜਾ ਸੰਗਰਾਮੀ ਦੇਸ਼ ਭਗਤ ਬੜਾ ਪ੍ਰਤੀਬੱਧ ਪਾਤਰ ਹੈ ਜਿਹੜਾ ਆਪਣੇ ਮਿਸ਼ਨ ਨੂੰ ਲੈ ਕੇ ਚੱਲਿਆ ਆ, ਕੁਰਬਾਨੀ ਦਾ ਬਹੁਤ ਪੁਤਲਾ ਆ, ਕੁਰਬਾਨੀ ਨੂੰ ਆਪਣੇ ਮੰਨਦਾ ਆ ਕਿ ਉਸ ਨੂੰ ਉਹਦਾ ਜੀਵਨ ਦੇਸ਼ ਦੇ ਲੇਖੇ ਲੱਗੇ। ਉਹ ਸੱਚਾ ਸੁੱਚਾ ਵਿਅਕਤੀ ਹੈ, ਪ੍ਰਭਾਵਸ਼ਾਲੀ ਸ਼ਖਸੀਅਤ ਵਾਲਾ ਹੈ ਤੇ ਗੁਰਬਾਣੀ ਪੜ੍ਹਦਾ ਹੈ, ਇਸੇ ਕਰਕੇ ਜੇਲ੍ਹ ਜਾਣ ਸਮੇਂ ਆਪਣੇ ਨਾਲ ਗੁਟਕਾ ਤੇ ਪੋਥੀ ਲੈ ਜਾਂਦਾ ਹੈ ਤੇ ਆਪਣੀ ਪੁੱਤਰੀ ਨਾਲ ਪਿਆਰ ਕਰਦਾ ਹੈ ਤੇ
ਉਹਦੇ ਬਿਮਾਰ ਹੋਣ ਕਾਰਨ ਦੇਰ ਲੇਟ 1-2 ਦਿਨ ਲੇਟ ਜਾਂਦਾ ਜੇਲ੍ਹ ਵਿੱਚ, ਤਾਂ ਇਹ ਸਾਰਾ ਕੁਝ ਉਹਨਾਂ ਦੀਆਂ ਮਜਬੂਰੀਆਂ ਵੀ ਦੱਸਦਾ ਆ ਤੇ ਉਹਨਾਂ ਦੇ ਜਿਹੜੇ ਰਸਤੇ 'ਚ ਆਈਆਂ ਰੁਕਾਵਟਾਂ ਵੀ ਦੱਸਦਾ ਹੈ। ਵੀਰਾਂ ਵਾਲੀ ਮੁੱਖ ਪਾਤਰ ਜਿਹੜੀ ਆ ਆਪਣੇ ਭਰਾ ਨੂੰ ਆਪਣੇ ਪੇਕਿਆਂ ਨੂੰ ਬਹੁਤ ਪਿਆਰ ਕਰਨ ਵਾਲੀ ਆ, ਪਰ ਉਹ ਇੱਕ ਮਜਬੂਰ ਪਾਤਰ ਵੀ ਆ ਜੋ ਆਪਣੇ ਪਤੀ ਦੇ ਕਹਿਣ ਤੇ ਆਪਣੀ ਭਤੀਜੀ ਨੂੰ ਛੱਡਣ ਵਾਸਤੇ ਮਜਬੂਰ ਹੋ ਜਾਂਦੀ ਆ। ਉਸ ਤੋਂ ਬਾਅਦ ਇਹਦੇ 'ਚ ਮੁੱਖ ਪਾਤਰ ਨਾਲ ਉਹ ਬੇਵੱਸ ਆ ਤੇ ਇੰਨੀ ਜ਼ਿਆਦਾ ਉਹ ਸੈਂਸਿਟਿਵ ਆ, ਸੰਵੇਦਨਸ਼ੀਲ ਆ ਕਿ ਉਹ ਬਿਮਾਰੀ ਦੀ ਹਾਲਤ ਵਿੱਚ ਹੋ ਚਲੀ ਜਾਂਦੀ ਹੈ ਜਦੋਂ ਆਪਣੀ ਲਾਜ ਤੋਂ ਦੂਰ ਹੁੰਦੀ ਹੈ ਤੇ ਉਸ ਨੂੰ ਉਹਦੀ ਮੌਤ ਹੋ ਜਾਂਦੀ ਹੈ। ਇਸ ਤਰੀਕੇ ਨਾਲ ਹੁਸ਼ਨਾਕ ਸਿੰਘ ਪਾਤਰ ਬੜਾ ਖੁਦਗਰਜ ਆ, ਦੇਸ਼ ਭਗਤਾਂ ਦਾ ਵਿਰੋਧੀ ਆ, ਮਨੁੱਖਤਾ ਦੇ ਭਾਵ ਨਹੀਂ ਹੈਗੇ ਉਹਦੇ ਵਿੱਚ, ਬਹੁਤ ਜ਼ਿਆਦਾ ਜਿੱਦੀ ਆ, ਹੱਠੀ ਆ, ਕਿਸੇ ਦੇ ਦੀ ਗੱਲ ਨਾ ਮੰਨਣ ਵਾਲਾ, ਤੇ ਲਾਜ ਜਿਹੜੀ ਆ ਉਹ ਲੜਕੀ ਇੱਕ ਨੌਜਵਾਨ ਪੀੜ੍ਹੀ ਦੀ ਉਹ ਪਾਤਰ ਹੈ ਜਿਹੜੀ ਪਾਤਰ ਨੂੰ ਅਸੀਂ ਕਹਿ ਸਕਦੇ ਹਾਂ ਕਿ ਉਹ ਪਾਤਰ ਹੈ ਲਾਜ ਜਿਹੜੀ ਪਾਤਰ ਬਹੁਤ ਜ਼ਿਆਦਾ ਸੰਵੇਦਨਸ਼ੀਲ ਵੀ ਹੈ, ਆਪਣੀ ਮਾਤਾ ਪਿਤਾ ਦੀਆਂ ਮਜਬੂਰੀਆਂ ਨੂੰ ਸਮਝਣ ਵਾਲੀ ਵੀ ਹੈ ਤੇ ਹਾਲਾਤ ਨਾਲ ਫੈਸਲਾ ਕਰਨ ਵਾਲੀ ਵੀ ਹੈ, ਤੇ ਇਸ ਤਰ੍ਹਾਂ ਉਸ ਤੋਂ ਇਲਾਵਾ ਸਿੱਖ ਇਤਿਹਾਸ ਤੋਂ ਵਾਕਫ ਆ, ਉਹਦੀ ਗੱਲਬਾਤ ਤੋਂ ਲੱਗਦਾ ਹੈ, ਤੇ ਦੇਸ਼ ਭਗਤੀ ਦੇ ਸਾਰੇ ਸਫ਼ਰ ਤੋਂ ਵਾਕਫ ਹੈ, ਤੇ ਉਹ ਇੱਕ ਬੇਵੱਸ ਪਾਤਰ ਵੀ ਹੈ, ਉਹ ਸਾਡੇ ਆਮ ਪਾਠਕਾਂ ਵਾਸਤੇ ਇੱਕ ਤਰ੍ਹਾਂ ਨਾਲ ਹਮਦਰਦੀ ਵੀ ਉਸ ਸਾਨੂੰ ਹੁੰਦੀ ਉਸ ਪਾਤਰ ਦੇ ਨਾਲ। ਇਸ ਪ੍ਰਕਾਰ ਸਮੁੱਚੀ ਕਹਾਣੀ ਬਾਗੀ ਦੀ ਧੀ, ਜਿੱਥੇ ਕਿਸ਼ਨ ਸਿੰਘ ਸ਼ਰਨ ਕੌਰ ਦੀਆਂ ਮਜਬੂਰੀਆਂ ਦੱਸਦੀ ਆ, ਉੱਥੇ ਵੀਰਾਂ ਵਾਲੀ ਦੇ ਤਿਆਗ ਦੀ ਗੱਲ ਵੀ ਹੁੰਦੀ ਹੈ ਤੇ ਪਰ ਵੀਰਾਂ ਵਾਲੀ ਦੀ ਮਜਬੂਰੀ ਵੀ ਆ, ਤੇ ਹੁਸ਼ਨਾਕ ਸਿੰਘ ਵਰਗੇ ਉਹ ਪਾਤਰ ਜਿਹੜੇ ਅੰਗਰੇਜ਼ ਸਰਕਾਰ ਦੀ ਨੌਕਰੀ ਕਰਕੇ ਆਪਣੇ ਰਿਸ਼ਤੇ ਵੀ ਭੁਲਾ ਦਿੰਦੇ ਆ, ਉਹਨਾਂ ਦਾ ਵੀ ਜ਼ਿਕਰ ਇਸ ਕਹਾਣੀ 'ਚ ਮਿਲਦਾ। ਸਮੁੱਚੇ ਤੌਰ ਤੇ ਕਹਾਣੀ ਬਹੁਤ ਪ੍ਰਭਾਵਸ਼ਾਲੀ ਕਹਾਣੀ ਹੈ ਜੋ ਪਾਠਕਾਂ ਨੂੰ ਅੰਤ ਤੱਕ ਆਪਣੇ ਨਾਲ ਜੋੜੀ ਰੱਖ